ਹਾਂਜੀ ਵਾਹਿਗੁਰੂ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਨ ਸਿੰਘ ਲੋਤਾ ਕੋਟਪੂਰਾ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿਹੜਾ ਲਾਭਪਾਤਰੀ ਕਾਰਡ ਬਣਾਏ ਗਏ ਆ ਗਵਰਨਮੈਂਟ ਵੱਲੋਂ ਜਿਹੜੇ ਲਾਭਪਾਤਰੀ ਕਾਰਡ ਆ ਇਹ ਉਹਨਾਂ ਮਜ਼ਦੂਰਾਂ ਦੇ ਬਣਦੇ ਆ ਜਿਹੜੇ ਬੰਦੇ ਸਾਡੇ ਘਰਾਂ ਚ ਆ ਕੇ ਜਾਂ ਬਿਲਡਿੰਗਾਂ ਚ ਕੰਮ ਕਰਦੇ ਆ ਗੱਲ ਹੁਣ ਇਹ ਆ ਵੀ ਇਹ ਸਾਰੇ ਬੰਦਿਆਂ ਦੇ ਸਹੀ ਬਣੇ ਆ ਜਾਂ ਨਹੀਂ ਬਣੇ ਦੂਜੀ ਗੱਲ ਜਿਹੜਾ ਅਸਲ ਮਜ਼ਦੂਰ ਆ ਬੱਠਲ ਚੱਕਦਾ ਮਿਹਨਤ ਕਰਦਾ ਉਹਦਾ ਕਾਰਡ ਬਣਿਆ ਕਿ ਨਹੀਂ ਬਣਿਆ ਜਾਂ ਇਹਨਾਂ ਕਰੋਨਾ ਕਾਲ ਦੌਰਾਨ ਜਿਹੜੀ ਗਵਰਨਮੈਂਟ ਵੱਲੋਂ ਕੁਝ ਉਹਨਾਂ ਨੂੰ ਸਹੂਲਤ ਮਿਲੀ ਆ ਉਹ ਸਹੀ ਬੰਦਿਆਂ ਨੂੰ ਮਿਲੀ ਆ ਕਿ ਨਹੀਂ ਮਿਲੀ ਮੈਂ ਬਹੁਤ ਸਾਰੇ ਗਰਾਊਂਡ ਦੇ ਵਿੱਚ ਜਾ ਕੇ ਦੇਖਦਾ ਕਿ ਬਹੁਤ ਸਾਰੇ ਲੋਕ ਜੋ ਡਿਜ਼ਰਵ ਨਹੀਂ ਕਰਦੇ ਉਹਨਾਂ ਨੇ ਜਾਲੀ ਕਾਰਡ ਬਣਾਏ ਹੋਏ ਆ ਉਹ ਬੰਦੇ ਬੈਨੀਫਿਟ ਲੈ ਰਹੇ ਆ ਔਰ ਜਿਹੜਾ ਦੂਜਾ ਬੰਦਾ ਮਜ਼ਦੂਰ ਆ ਅਣਪੜਾ ਉਹਦੀ ਕੋਈ ਸੋਨ ਨੂੰ ਤਿਆਰ ਨਹੀਂ ਉਹਨਾਂ ਦੇ ਕਾਰਡ ਨਹੀਂ ਬਣੇ ਉਹਨਾਂ ਨੂੰ ਬੱਠਲ ਚੱਕਣ ਵਾਲਿਆਂ ਦਾ ਕੋਈ ਕਾਰਡ ਨਹੀਂ ਬਣਿਆ ਮੈਨੂੰ ਨਹੀਂ ਪਤਾ ਇਹ ਕਿਉਂ ਹੋ ਜਾਂਦਾ ਕਿਉਂ ਨਹੀਂ ਹੁੰਦਾ ਨਤ ਨਵੀਆਂ ਸਮੱਸਿਆਵਾਂ ਆਉਂਦੀਆਂ ਨਹੀਂ ਅਸਲ ਜਿਹੜਾ ਗਰੀਬ ਬੰਦਾ ਗਰਾਊਂਡ ਤੇ ਰੁੜ ਰਿਹਾ ਹੁਣ ਮੈਂ ਗੱਲ ਕਰਦਾ ਵੀ ਜਿਹੜੇ ਇਹ ਕਾਰ ਕਿਉਂ ਨਹੀਂ ਬਣ ਰਹੀ ਗਰਾਊਂਡ ਤੇ ਜਾ ਕੇ ਰਿਐਲਿਟੀ ਪਤਾ ਕਰਦੇ ਆ ਫਿਰ ਜਾ ਕੇ ਗੱਲ ਦਾ ਪਤਾ ਲੱਗਦਾ ਵੀ ਗੱਲ ਅਸਲ ਛ ਹੈ ਕੀ ਜਿਹੜਾ ਅਨਪੜ ਬੰਦਾ ਉਹਨੂੰ ਤਾਂ ਗੱਲ ਦਾ ਪਤਾ ਹੀ ਨਹੀਂ ਉਹ ਹੀ ਮਜ਼ਦੂਰੀ ਕਰਦਾ ਮੈਂ ਤਾਂ ਇਹ ਮੰਨਦਾ ਕਿ ਜਿਹੜਾ ਮਜ਼ਦੂਰ ਬੰਦਾ ਗਧਾ ਹੈ ਗਧਾ ਐਉਂ ਆ ਸਾਰੀ ਜੜੀ ਤੇ ਇੱਟਾਂ ਚੱਕੀ ਜਾਂਦਾ ਉਹ ਉਹ ਗਧਾ ਹੀ ਹੋਇਆ ਵਿਚਾਰਾ ਹੋਰ ਕੀ ਮੈਂ ਤਾਂ ਬੋਨਾ ਚਾਹਣਾ ਹੁਣ ਮੈਂ ਗੱਲ ਕਰਦਾ ਵੀ ਉਹਨਾਂ ਨੂੰ ਬੈਨੀਫਿਟ ਕਿਉਂ ਨਹੀਂ ਮਿਲਦਾ ਉਹ ਜਾ ਕੇ ਆਪਦੇ ਠੇਕੇਦਾਰ ਨਾਲ ਗੱਲ ਕਰਦਾ ਮਿਸਤਰੀ ਨਾਲ ਗੱਲ ਕਰਦਾ ਵੀ ਉਹਨਾਂ ਦਾ ਜੀ ਕਾਰਡ ਬਣ ਗਿਆ ਸ਼ਾਇਦ ਮੇਰੇ ਬੱਚਿਆਂ ਲਈ ਮੇਰੇ ਲਈ ਕੋਈ ਸਹੂਲਤ ਮਿਲ ਜੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਕੀ ਹੈ ਕਿ ਉਹਨਾਂ ਦੇ ਠੇਕੇਦਾਰ ਵੀ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਜਿਹੜੇ ਮਿਸਤਰੀ ਹੁੰਦੇ ਆ ਉਹ ਚੱਕ ਕੇ ਕਿਸੇ ਹੋਰ ਬੰਦੇ ਕੋਲੇ ਜਾ ਕੇ ਪਸਾਉਂਦੇ ਆ ਉਹ ਕੀ ਕਰਦੇ ਆ ਜਾ ਕੇ ਉਹ ਜਾ ਕੇ ਕਹਿੰਦੇ ਜੀ ਅਸੀਂ ਮੋਹਰ ਲਵਾ ਦਾਂਗੇ ਤੁਹਾਡੀ ਕਾਪੀ ਬਣਵਾ ਦਾਂਗੇ ਤੁਹਾਨੂੰ ਬਹੁਤ ਕੁਝ ਮਿਲ ਜੂਗਾ ਉਹਨਾਂ ਤੋਂ ਮੋٹے ਪੈਸੇ ਲੈਂਦੇ ਆ ਕਈ ਵਾਰੀ ਤਾਂ 2 ਤੋਂ 5000 ਰੁਪਏ ਤੱਕ ਲੈ ਲੈਂਦੇ ਆ ਯੋਲੀ ਯੋਲੀ ਕੋਈ ਨਹੀਂ ਤੁਮ ਮੇਚੋ ਕਟਾ ਦੀ ਮੇਰੇ ਨਾਲ ਦਿਹਾੜੀ ਆਈ ਜਈ ਮੇਰੇ ਕੋਲ ਇਹੋ ਜੇ ਬਹੁਤ ਕੇਸ ਹੈ ਹੁਣ ਕੰਮ ਕੰਪਿਊਟਰ ਤੇ ਆਨਲਾਈਨ ਚੱਲ ਪਿਆ ਸੀਗਾ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਛਾਤਰ ਬੰਦਿਆ ਨੇ ਮਜ਼ਦੂਰਾਂ ਨੂੰ ਲੁੱਟਿਆ ਹੈ ਉਹਨਾਂ ਦੀ ਕਾਪੀਆਂ ਨਹੀਂ ਬਣੀਆਂ ਮੈਂ ਇਹ ਕਹਿਣਾ ਚਾਹਣਾ ਵੀ ਇਹ ਜਿਹੜਾ ਕੰਮ ਆ ਤਰੀਕੇ ਨਾਲ ਢੰਗ ਨਾਲ ਸੰਜਮ ਨਾਲ ਫਾਰਮੂਲੇ ਨਾਲ ਹੋਣਾ ਚਾਹੀਦਾ ਜਿਹੜਾ ਅਸਲ ਬੇਨਿਫਿਟ ਹੈ ਮਜ਼ਦੂਰ ਤੱਕ ਜਾਣਾ ਚਾਹੀਦਾ ਮਜ਼ਦੂਰ ਤਾਂ ਵਿਚਾਰਾ ਰਗੜਿਆ ਪਿਆ ਉਹਨੂੰ ਕੋਈ ਬੈਣੀ ਉਹਨਾਂ ਦੀ ਕੋਈ ਸੁਣਨੂ ਤਿਆਰ ਨਹੀਂ ਜੀ ਜਿਹੜਾ ਅਫਸਰ ਆ ਮੰਨ ਲਓ ਲੇਬਰ ਇਨਸਪੈਕਟਰ ਮੈਂ ਇੱਥੇ ਗਰਾਊਂਡ ਦੀ ਗੱਲ ਕਰਦਾ ਪੰਜਾਬ ਦੀ ਗਰਾਊਂਡ ਦੇ ਵਿੱਚ ਜਿਹੜਾ ਲੇਬਰ ਇਨਸਪੈਕਟਰ ਨੂੰ ਮਿਲਣ ਵਾਲੇ ਬੰਦੇ ਬਹੁਤ ਘੱਟ ਮਜ਼ਦੂਰ ਹੁੰਦੇ ਮੋਸਟਲੀ ਤੁਸੀਂ ਜਾ ਕੇ ਜਦੋਂ ਮਰਜ਼ੀ ਸਰਵੇ ਕਰ ਲਿਓ ਜਾ ਕੇ ਮਜ਼ਦੂਰ ਨੂੰ ਪੁੱਛ ਲਿਓ ਵੀ ਤੁਹਾਡੇ ਜਿਹੜੇ ਇਲਾਕੇ ਦਾ ਲੇਬਰ ਇਨਸਪੈਕਟਰ ਕੌਣ ਆ ਉਹ ਕਹਿਣਗੇ ਜੀ ਸਾੰ ਤੋਂ ਪਤਾ ਹੀ ਨਹੀਂ ਲੇਬਰ ਇਨਸਪੈਕਟਰ ਕੀ ਹੁੰਦਾ ਹੁਣ ਮੇਰੀ ਗੱਲ ਸੁਣੋ ਜਿਹੜੇ ਲੇਬਰਾਂ ਨੂੰ ਆ ਹੀ ਨਹੀਂ ਪਤਾ ਲੇਬਰ ਇਨਸਪੈਕਟਰ ਕੌਣ ਹੁੰਦਾ ਉਹ ਵਿਚਾਰਾ ਬੈਨੀਫਿਟ ਕਿਵੇਂ ਲੈ ਲੂ ਦੂਜੀ ਗੱਲ ਵੀ ਲੇਬਰ ਇਨਸਪੈਕਟਰ ਤੁਸੀਂ ਕਦੇ ਮਿਲੇ ਹੋ ਬਹੁਤੇ ਕਹਿੰਦੇ ਨੇ ਨਹੀਂ ਮਿਲੇ ਜਾਂ ਕਹਣਗੇ ਜੀ ਉਹ ਸਾਡਾ ਬੰਦਾ ਇੱਕ ਪ੍ਰਧਾਨ ਆ ਉਹ ਜਾਂਦਾ ਹੁੰਦਾ ਫਿਰ ਤੀਜੀ ਗੱਲ ਵੀ ਲੇਬਰ ਇਨਸਪੈਕਟਰ ਹਫਤੇ ਚ ਕਿੰਨੇ ਵਾਰ ਹੀ ਵਹਿੰਦਾ ਚੌਥੀ ਗੱਲ ਚੌਥੀ ਗੱਲ ਇਹ ਵੀ ਪੰਜਾਬ ਚ ਲੇਬਰ ਇਨਸਪੈਕਟਰ ਕਿੰਨੇ ਹੈਗੇ ਜੋ ਹੈਗੇ ਆ ਉਹ ਸਹੀ ਢੰਗ ਨਿਯਮਾਂ ਦਾ ਪਾਲਣ ਕਰਦੇ ਆ ਮਜ਼ਦੂਰ ਨੂੰ ਉੱਥੇ ਕੋਈ ਨਹੀਂ ਪੁੱਛਦਾ ਜੀ ਮੈਂ ਜਾ ਕੇ ਦੇਖਿਆ ਮਜ਼ਦੂਰਾਂ ਹਮੇਸ਼ਾ ਤਕਾ ਹੁੰਦਾ ਇਸ ਕਰਕੇ ਮੇਰੀ ਬੇਨਤੀ ਆ ਅੱਜ ਮੈਂ ਇਕੱਲੇ ਲਾਹ ਪਾਤਰੀ ਕਾਰਡ ਤੇ ਗੱਲ ਕਰੂੰਗਾ ਵੀ ਜਿਹੜਾ ਲਾਹ ਪਾਤਰੀ ਕਾਰਡ ਹੈ ਇਹ ਮਜ਼ਦੂਰ ਦਾ ਜ਼ਰੂਰ ਬਨਣਾ ਚਾਹੀਦਾ ਔਰ ਸਹੀ ਮਜ਼ਦੂਰ ਦਾ ਬਨਣਾ ਚਾਹੀਦਾ ਜੇਕਰ ਸਰਕਾਰ ਦੇ ਹੱਥ ਖੜੇ ਆ ਨਾ ਸਮਾਜ ਸੇਵੀ ਜਥੇਬੰਦੀਆਂ ਸਾਡੀਆਂ ਇਸ ਗੱਲ ਨੂੰ ਉਹਨਾਂ ਦੀ ਹੈਲਪ ਕਰਨ ਨੂੰ ਤਿਆਰ ਹੈ ਮੈਂ ਕੋਟਪੂਰਾ ਯੂਨਿਟ ਚੋਂ ਆ ਸਰਗਪਰੀ ਚੋਂ ਸਾਡੇ ਕੋਲ ਬਹੁਤ ਵਧੀਆ ਟੀਮ ਹੈ ਅਸੀਂ ਬੰਦੇ شناخت ਕਰ ਦੇਗੇ ਜਿੱਥੇ ਮਰਜ਼ੀ ਤੁਸੀਂ ਇਨਕੁਆਇਰੀ ਕਰ ਲਿਓ ਅਸੀਂ ਉਹਨਾਂ ਦੇ ਕਾਰਡ ਲਈ ਬਣਾਉਣ ਲਈ ਉਹਨਾਂ ਦੀ ਹੈਲਪ ਕਰਾਂਗੇ। ਔਰ ਦੂਸਰੀ ਗੱਲ ਇਹ ਵੀ ਜਿਹੜੇ ਬੰਦੇ ਦਾ ਕੁਝ ਲੈਣਾ ਦੇਣਾ ਹੀ ਨਹੀਂ ਹੈ ਨੀ ਉਹ ਬੰਦਾ ਬੈਨੀਫਿਟ ਕੇਰ ਨੂੰ ਲੈ ਰਿਹਾ ਵੀ ਜਿਨੇ ਕਦੇ ਬੱਠਲ ਹੀ ਨਹੀਂ ਚੱਕਿਆ। ਜਿਹੜਾ ਬੰਦਾ ਮਜ਼ਦੂਰ ਆ ਮਜ਼ਦੂਰ ਨੂੰ ਬੈਨੀਫਿਟ ਮਿਲਣਾ ਚਾਹੀਦਾ। ਹੁਣ ਜਿਹੜੇ ਤੁਹਾਡੇ ਨੁਮਾਇੰਦੇ ਆ ਆਖੇ ਜੀ ਸਾਡਾ ਐਮਸੀ ਆ ਜੀ, ਇਹ ਸਾਡਾ ਜ਼ਿਲ੍ਹਾ ਪ੍ਰਧਾਨ ਆ ਜੀ, ਸਾਡਾ ਇਹ ਫਲਾਨਾ ਆ ਜੀ, ਇਹ ਸਾਡਾ ਚੇਅਰਮੈਨ ਆ ਜੀ, ਇਹ ਐਸਸੀ ਵਿੰਗ ਦਾ ਜੀ ਪ੍ਰਧਾਨ ਆ। ਮੈਂ ਇਹ ਬੇਨਤੀਆਂ ਕਰਨਾ ਉਹਨਾਂ ਨੂੰ ਗਰਾਊਂਡ ਦੀ ਰਿਐਲਿਟੀ ਦਾ ਪਤਾ ਹੀ ਨਹੀਂ ਹੈ ਗਰਾਊਂਡ ਦੀ ਰਿਐਲਿਟੀ ਦਾ ਪਤਾ ਹੀ ਨਹੀਂ ਹੈ ਗਰਾਊਂਡ ਤੇ ਜਾ ਕੇ ਦੇਖੋ ਮਜ਼ਦੂਰ ਨਾਲ ਕਿੰਨਾ ਕਿ ਤੱਕਾ ਹੁੰਦਾ ਹੈ ਮਜ਼ਦੂਰ ਨੂੰ ਇੰਨਾ ਵਿਚਾਰਾ ਪਰੇਸ਼ਾਨ ਹੈ ਵੀ ਰਹਿ ਰੱਬ ਦਾ ਨਾਮ ਮਜ਼ਦੂਰ ਰੋਟੀ ਤੋਂ ਵੀ ਆਵਾਜ਼ਾਰ ਹੋ ਜਾਂਦਾ ਕਰੋਨਾ ਕਾਲ ਰਿਹਾ ਲੋਕਾਂ ਦੇ ਕੰਮ ਨਹੀਂ ਚੱਲੇ ਲੋਕਾਂ ਨੇ ਬਿਲਡਿੰਗਾਂ ਦੇ ਕੰਮ ਬੰਦ ਕਰਤੇ ਮਜ਼ਦੂਰਾਂ ਦਾ ਕੀ ਹਾਲ ਹੋਇਆ ਸਰਕਾਰਾਂ ਦੇ ਜਿਹੜੇ ਰਾਸ਼ਨ ਆ ਕੀ ਟਾਈਮ ਨਾਲ ਆਗੇ ਸੀ ਨਹੀਂ ਆਈ ਇਹ ਜਿਹੜੀਆਂ ਸਮਾਜਿਕ ਜਥੇਬੰਦੀਆਂ ਸੀਗੀਆਂ ਇਹਨਾਂ ਨੇ ਹੀ ਜਿਹੜਾ ਲੋਕਾਂ ਨੂੰ ਸੰਭਾਲਿਆ ਉਹਨਾਂ ਨੂੰ ਪੂਰੀ ਸੇਵਾ ਕਰੀ ਐਸ ਗੱਲ ਨੂੰ ਤੁਸੀਂ ਦੱਸ ਦਿਓ ਮੈਂ ਜੇਕਰ ਝੂਠ ਆਖਦਾ ਤਾਂ ਕਿਸੇ ਗੱਲ ਨਾਲ ਤੁਸੀਂ ਪ੍ਰਮਾਣਿਤ ਕਰ ਦਿਓ ਵੀ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਮਜ਼ਦੂਰ ਦੀ ਜਮਵਾਰੀ ਲਈ ਐ ਉਹਦਾ ਮੈਂ ਅੱਜ ਪੰਜਾਬ ਦੀ ਗੱਲ ਕਰੂੰਗਾ ਕੇਂਦਰ ਸਰਕਾਰ 'ਚ ਤਾਂ ਸਾਨੂੰ ਪਤਾ ਹੀ ਐ ਜਿਹੜੀ ਮਜ਼ਦੂਰ ਨਾ ਹੋਈ ਐ ਜਿਹੜੀ ਯੂਪੀ ਨੇ ਕੀਤਾ ਸਾਡੀ ਜਿਹੜੇ ਮਜ਼ਦੂਰ ਵਰਗ ਨਾਲ ਜਾਂ ਸਾਡੇ ਨਤੀਸ਼ ਕੁਮਾਰ ਨੇ ਕੀਤਾ ਜਾਂ ਕਿਸੇ ਹੋਰ ਸਟੇਟਾਂ ਨੇ ਕੀਤਾ ਮਜ਼ਦੂਰ ਨੂੰ ਤੁਸੀਂ ਕੀੜੇ ਤੋਂ ਵੱਧ ਨਹੀਂ ਸਮਝੇ ਜਦੋਂ ਮਰਜੀ ਇਹਨੂੰ ਮਸਲਿਆ ਜਾ ਸਕਦਾ ਜਦੋਂ ਮਰਜੀ ਇਹਨੂੰ ਮਿੱਧਿਆ ਜਾ ਸਕਦਾ ਸੋ ਮੇਰੀਆਂ ਬੇਨਤੀਆਂ ਵੀ ਮਜ਼ਦੂਰਾਂ ਨਾਲ ਧੱਕਾ ਨਾ ਕਰਿਆ ਕਰੋ ਇਹ ਜਿਹੜੇ ਤੁਹਾਨੂੰ ਵੋਟਾਂ ਪਾਉਂਦੇ ਆ ਤੁਸੀਂ ਇਹ ਗੱਲ ਦਿਮਾਗ 'ਚ ਕਿਉਂ ਘਰੀ ਬੈਠੇ ਹੋ ਵੀ ਇਹ ਬੰਦੇ ਸ਼ਰਾਬ ਤੇ ਵਿਗ ਜਾਂਦੇ ਕਿਵੇਂ ਵਿਗ ਜਾਂਦੇ ਬੁੜੀਆਂ ਤਾਂ ਨਹੀਂ ਸ਼ਰਾਬ ਪੀਂਦੀਆਂ ਉਹ ਵੀ ਵੋਟਾਂ ਪਾਉਂਦੀਆਂ ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਕੋਈ ਵੀ ਸਰਕਾਰ ਹੋਵੇ ਮੈਂ ਕਿ ਨਿੱਜੀ ਤੌਰ ਤੇ ਕਿਸਦਾ ਵਿਰੋਧੀ ਨਹੀਂ ਚੰਗਾ ਕੰਮ ਕਰੋਗੇ ਤੁਹਾਡੇ ਨਾਰੇ ਲਾਵਾਂਗੇ ਨਾਲੇ ਨਾਰੇ ਵੀ ਕਿਉਂ ਲਾਈਏ ਯਾਰ ਤੁਸੀਂ ਇੱਥੇ ਫ੍ਰੀ ਕੰਮ ਕਰਦੇ ਹੋ ਸਰਕਾਰਾਂ 'ਚ ਕੋਈ ਫ੍ਰੀ ਕੰਮ ਨਹੀਂ ਕਰਦੇਗੇ ਮੋਟੀਆਂ ਥੋਡੀਆਂ ਤਨਖਾਹਾਂ ਮੋٹے ਥੋੜੇ ਭੱਤੇ ਆ ਆਪ ਦਾ ਇਲਾਜ ਕਰਾਉਣਾ ਹੁੰਦਾ ਤੇ ਤੁਸੀਂ ਵਿਦੇਸ਼ ਟੱਪ ਜਾਂਦੇ ਆ ਪ੍ਰਾਈਵੇਟ ਹਸਪਤਾਲਾਂ 'ਚ ਤੁਹਾਡੇ ਇਲਾਜ ਹੁੰਦੇ ਆ ਸਰਕਾਰੀ ਹਸਪਤਾਲਾਂ 'ਚ ਪੁੱਛਦਾ ਕੌਣ ਹੈ ਕਦੇ ਗਰਾਊਂਡ ਤੇ ਆਇਓ ਪਰਚੀ ਬਣਾਉਣ ਲੱਗਿਆ ਲਿਲੜੀਆਂ ਘਟਣੀਆਂ ਪੈਂਦੀਆਂ 2-2 ਘੰਟੇ ਡਾਕਟਰਾਂ ਨੂੰ ਮਿਲਣ ਵਾਸਤੇ ਵੇਟ ਕਰਨਾ ਪੈਂਦਾ ਫਿਰ ਜੇ ਡਾਕਟਰ ਨੇ ਟੈਸਟ ਲਿਖਤਾ ਫਿਰ ਉਧਰ ਜਾਣਾ ਪੈਂਦਾ ਐਮ ਆਰ ਆਈ ਤੱਕ ਜਿਹੜੇ ਟੈਸਟ ਕਰਾਉਣੇ ਆ ਅਗਲਾ ਲਿਖ ਦਿੰਦਾ ਫਿਰ ਵੇਟਿੰਗ ਦਾ ਟਾਈਮ ਦਿੱਤਾ ਜਾਂਦਾ ਟਾਈਮ ਦਿੱਤਾ ਜਾਂਦਾ ਵੀ 2 2 ਮਹੀਨਿਆਂ ਬਾਅਦ ਆਇਓ ਉੱਤੇ ਪਰਚੀ ਤੇ ਲਿਖ ਕੇ ਬੰਦਾ ਅੱਜ ਬਿਮਾਰ ਆ ਅੱਜ ਉਹਦੀ ਇਨਵੈਸਟੀਗੇਸ਼ਨ ਹੋਣੀ ਆ 2 ਮਹੀਨਿਆਂ ਨੂੰ ਕਿਉਂ ਟੈਸਟ ਕਰਾਊਗਾ ਬਾਈ ਇਹਰ ਜਦੋਂ 2 ਮਹੀਨਿਆਂ ਬਾਅਦ ਟੈਸਟ ਹੋ ਜਾਂਦਾ ਡੇਢ ਤੋਂ 2 ਮਹੀਨੇ ਤੋਂ 3 ਮਹੀਨੇ ਤੱਕ ਉਹਦੀ ਰਿਪੋਰਟ ਲਿਖ ਕੇ ਦਿੰਦੀ ਜਾਂਦੀ ਹੈ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਜਿਹੜਾ ਅੱਜ ਬੰਦਾ ਬਿਮਾਰ ਆ ਪਹਿਲੀ ਗੱਲ ਸੀਟੀ ਸਕੈਨ ਹੁੰਦਾ ਕੀ ਦਾ ਜਿਹੜਾ ਬੰਦਾ ਜ਼ਿਆਦਾ ਕੋਈ ਪ੍ਰੋਬਲਮ ਚ ਹੈ ਅੱਛਾ ਜਿਹੜੇ ਬੰਦੇ ਦਾ ਆਪਾਂ ਸੀਟੀ ਸਕੈਨ ਕਰਾਉਣਾ ਤੁਰੰਤ ਚਾਹੀਦਾ ਆਖੇ 2 ਮਹੀਨਿਆਂ ਨੂੰ ਹੋਊਗਾ ਜੀ ਸਾਡੇ ਕੋਲ ਮਸ਼ੀਨ ਇੱਕ ਆ ਤੇ ਜਿਹੜਾ ਸਪਾਰਸ਼ ਵਾਲਾ ਬੰਦਾ ਆ ਜਾਂਦਾ ਉਹਦੇ ਮਿੰਟੋ ਮੇਟੀ ਹੋ ਜਾਂਦਾ ਸੋ ਮੈਂ ਬਈ ਹੈਗਾ ਇੰਨਾ ਤੁਹਾਡੇ ਸਿਸਟਮ ਤੇ ਪੂਰਾ ਦੁਖੀ ਮੈਂ ਸਫਰ ਕੀਤਾ ਮੈਨੂੰ ਪਤਾ ਹੈ ਉਥੇ ਜਾ ਕੇ ਜਿਹੜਾ ਬੰਦਾ ਸਾਰੀ ਦਿਹਾੜੀ ਉਥੇ ਔਖੇ ਹੀ ਹੋਏ ਰਹਿਣਗੇ ਤੁਸੀਂ ਜਾ ਕੇ ਹਸਪੀਟਲ ਜਾ ਕੇ ਦੇਖਿਓ ਕਦੇ ਸਰਕਾਰੀ ਚ ਬਹੁਤੇ ਕਹਣਗੇ ਜੀ ਨਹੀਂ ਜੀ ਫਲਾਨਾ ਜੀ ਉਥੇ ਤਾਂ ਬਹੁਤ ਵਧੀਆ ਤੁਸੀਂ ਜਾਓ ਤਾਂ ਸੀ ਗਰਾਊਂਡ ਦੀ ਰਿਐਲਿਟੀ ਦਾ ਤੁਹਾਨੂੰ ਪਤਾ ਲੱਗੇ ਸੋ ਮੈਂ ਬਈ ਜੀ ਅੱਜ ਇਸੇ ਗੱਲ ਨੂੰ ਫੋਕਸ ਕਰੂੰਗਾ ਚਲ ਗੱਲਾਂ ਥੋੜੀਆਂ ਜਿਹਾ ਜ਼ਿਆਦਾ ਜ਼ਰੂਰ ਹੋ ਗਈਆਂ ਪਰ ਮੈਂ ਇੱਕ ਗੱਲ ਬੇਨਤੀ ਕਰਦਾ ਵੀ ਆ ਜਿਹੜਾ ਕੰਸਟਰਕਸ਼ਨ ਮਜ਼ਦੂਰ ਨਾ ਹੋ ਰਿਹਾ ਨਾ ਧੱਕਾ ਇਹੇ ਬੰਦ ਹੋਣਾ ਚਾਹੀਦਾ ਤੇ ਇਹਨੂੰ ਲਾਭ ਪਾਤਰੀ ਕਾਰਡ ਦਾ ਜਿਹੜਾ ਮੋੜ ਤੁਰੰਤ ਸਰਵੇ ਹੋਣਾ ਚਾਹੀਦਾ ਸਰਵੇ ਹੋਣ ਤੋਂ ਬਾਅਦ ਜਿਹੜੇ ਨਵੇਂ ਲਾਭ ਪਾਤਰੀ ਕਾਰਡ ਲੋਕਾਂ ਦੇ ਬਣਨੇ ਚਾਹੀਦੇ ਆ ਤੇ ਇਹਨਾਂ ਨੂੰ ਪ੍ਰੋਪਰ ਢੰਗ ਨਾਲ ਜਿਹੜਾ ਜਿਹੜਾ ਮਜ਼ਦੂਰ ਵਰਗਾ ਉਹਨੂੰ ਕੋ ਬੈਨੀਫਿਟ ਮਿਲ ਸਕਦਾ ਧੰਨਵਾਦ